सुखी होवेगी, नियत याद सजना दी आओ तू लुक लुक रहोवेगी, याद करया करेंगी हड़ा नी होके पड़या करेंगी। सत श्री अकाल दोस्तों, मैं तुहाडा अपना पंजाबी लोक गायक संजीव सुल्तान और साड़ी छोटी भैन अज साड़ी अकैडमी दे विच पहुंची हुई है और तुसीं आवाज़ तो पछाण ही लिया होना वो लैजेंड कलाकार नछत्र छत्ता जी जो कि दुनिया ते नहीं रहे पर उन्हां दी आवाज़ हमेशा साडे दिलां च गूंजदी रहेगी रहिंदी दुनिया तक। और मैं इधर हरमन छत्ता जी नूं बेनती करदा थोड़ा जिहा चानना पाउण जो इन्हां दे मन दी इच्छा उहदे बारे कोई गल करां। ਸਤਿ ਸ਼੍ਰੀ ਅਕਾਲ ਜੀ ਜੀ ਸਾਰਿਆਂ ਨੂੰ ਮੇਰੇ ਵੱਲੋਂ ਹਰਮਨ ਛੱਤਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗਾਇਕ ਨਛੱਤਰ ਛੱਤਾ ਜੀ ਬੇਟੀ ਦੀਦੀ ਮੇਰੇ ਵੱਲੋਂ ਸੂਹ ਪੰਜਾਬੀ ਜਿੰਨੇ ਮੇਰੇ ਵੀਰ ਕੈਨੇਡਾ ਅਮੈਰੀਕਾ ਜਿੱਥੇ ਵੀ ਵੱਸਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਫਿਰ ਤੋਂ ਮੇਰੇ ਮਨ ਦੀ ਇੱਛਾ ਸੀ ਵੀਰੇ ਕਿ ਮੈਂ ਆਪਣੇ ਪਾਪਾ ਜੀ ਦਾ ਬਥਰਵਾਉਣਾ ਚਾਹੁੰਦੀ ਹਾਂ ਪਿੰਡ ਆਲੂਪੁਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ, ਕਿਉਂਕਿ ਮੇਰੀ ਮਨ ਦੀ ਤਮੰਨਾ, ਕਿਉਂਕਿ ਵੀਰੇ ਇਕੱਲਾ ਕੋਈ ਕੁਛ ਨਹੀਂ ਕਰ ਸਕਦਾ ਹੁੰਦਾ, ਆਪਣੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਹੀ ਮੈਂ ਸਾਰਾ ਕੁਛ ਕਰ ਸਕਦੀ ਹਾਂ। ਪਲੀਜ਼ ਮੇਰੀ ਵੱਧ ਤੋਂ ਵੱਧ ਸਪੋਰਟ ਕਰੋ, ਮੈਂ ਆਪਣੇ ਪਾਪਾ ਦਾ ਸਟੈਚੂ ਲਵਾਉਣਾ ਚਾਹੁੰਦੀ ਹਾਂ ਜਿਹਨੂੰ ਆਪਾਂ ਬੁੱਤ ਕਹਿ ਦਿੰਦੇ ਹਾਂ, ਅਤੇ ਪਿੰਡ ਆਦਮਪੁਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ। ਹਾਂਜੀ, ਇਹਨਾਂ ਦੇ ਮਨ ਦੀ ਇੱਛਾ ਵੀ ਆਪਣੇ ਪਾਪਾ ਦਾ ਬੁੱਤ ਆਪਣੇ ਪਿੰਡ ਦੇ ਵਿੱਚ ਲਗਵਾਉਣਾ ਚਾਹੁੰਦੇ ਨੇ ਔਰ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਨਛੱਤਰ ਛੱਤਾ ਜੀ ਨੂੰ ਚਾਹੁਣ ਵਾਲੇ ਨੇ ਅਤੇ ਸੋਹਣਿਆ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ਉਹ ਕਲਾਕਾਰ ਜਿਹਨੇ ਕਿ ਉਹਨਾਂ ਟਾਈਮਾਂ ਦੇ ਵਿੱਚ ਦੁਨੀਆ ਦੇ ਕੋਨੇ ਕੋਨੇ ਵਿੱਚ ਆਪਣਾ ਨਾਂ ਕਮਾਇਆ, ਆਪਣੇ ਪਿੰਡ ਦਾ ਨਾਂ ਚਮਕਾਇਆ, ਸਾਡੇ ਲੈਜੈਂਡ ਕਲਾਕਾਰ ਨਛੱਤਰ ਛੱਤਾ ਜੀ, ਉਹਨਾਂ ਦੀ ਬੇਟੀ ਦੀ ਇੱਛਾ ਇਹ ਹੈ ਵੀ ਉਹਨਾਂ ਦਾ ਬੁੱਤ ਪਿੰਡ ਦੇ ਵਿੱਚ ਲਗਵਾਉਣਾ। ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਨੰਬਰ ਇਹਨਾਂ ਦਾ ਥੱਲੇ ਦਿੱਤਾ ਹੋਇਆ, ਪਹਿਲਾਂ ਵੀ ਜਿੰਨੇ ਵੀ ਮੇਰੇ ਪੇਜ ਦੇ ਉੱਤੇ ਤੁਸੀਂ ਦੇਖ ਰਹੇ ਹੋ ਸਾਰੇ ਨੰਬਰ ਵੀ ਇਹਨਾਂ ਦੇ ਚੱਲ ਰਹੇ ਨੇ, ਉਹਦੇ ਉੱਤੇ ਸੰਪਰਕ ਕਰਕੇ ਤੁਸੀਂ ਸਿੱਧਾ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਔਰ ਇਹਨਾਂ ਤੋਂ ਅਕਾਊਂਟ ਨੰਬਰ ਲੈ ਕੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਤਾਂ ਕਿ ਇਹ ਸਾਨੂੰ ਵੀ ਲੱਗਦਾ, ਕਿਉਂਕਿ ਉਸ ਕਲਾਕਾਰ ਦੀ ਆਵਾਜ਼ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸੀ ਔਰ ਹਮੇਸ਼ਾ ਗੂੰਜਦੀ ਰਹਿੰਦੀ ਹੈ। ਵੀ ਸੋਹਣਿਆ ਫਿੱਕਾ ਰੰਗ ਅੱਜ ਦੁਪਹਿਰ ਦਾ ਉਸੇ ਕਲਾਕਾਰ ਨੂੰ ਅਸੀਂ ਕੋਸ਼ਿਸ਼ ਕਰਨੀ ਹੈ ਇਹ ਬੇਟੀ ਦੇ ਰਾਹੀਂ ਫਿਰ ਜਿਉਂਦਾ ਕਰਨਾ ਆਪਾਂ, ਔਰ ਆਵਾਜ਼ ਵੀ ਅੰਦਾਜ਼ ਵੀ ਇਹਨਾਂ ਦਾ ਉਹੀ ਹੈ। ਅੱਜ ਮੈਂ ਜਿਹੜੇ ਢੰਗ ਨਾਲ ਹਾਰਮੋਨੀਅਮ ਦੇ ਉੱਤੇ ਪਹਿਲਾਂ ਸੁਣਿਆ, ਪਹਿਲਾਂ ਮੈਂ ਤਿਆਰੀ ਕਰਵਾ ਰਿਹਾ ਸੀ ਬੈਠਾ, ਉਹੀ ਅੰਦਾਜ਼ ਸੁਰ ਜਿਵੇਂ ਨਛੱਤਰ ਛੱਤਾ ਜੀ ਅਸੀਂ ਆਮ ਗੱਲ ਕਰਦੇ ਵੀ ਪੇਟੀ ਖਤਮ ਕਰ ਦਿੰਦੇ ਸੀ ਹਾਰਮੋਨੀਅਮ ਦੇ ਸਾਰੇ ਸੁਰ ਖਤਮ, ਉਵੇਂ ਹੀ ਇਹ ਬੇਟੀ ਸਾਡੀ ਭੈਣ ਬਹੁਤ ਉੱਚਾ ਗਾਉਂਦੀ ਹੈ, ਬਹੁਤ ਹੀ ਵਧੀਆ ਉੱਚਾ ਅਤੇ ਸੁੱਚਾ ਗਾਉਂਦੀ ਹੈ। ਵੱਧ ਤੋਂ ਵੱਧ ਸਪੋਰਟ ਕਰਦੀ ਹੈ।